लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है। लोग जाने ही गीत है, लोग जाने ही गीत है। ਮੌਜ ਮਹੱਲਾ ਤੀਜਾ, ਮੌਜ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ। ਗੁਰ ਪ੍ਰਸਾਦੀ ਘਰ ਹੀ ਮੈਂ ਪਾਈ, ਗੁਰ ਪ੍ਰਸਾਦੀ ਘਰ ਹੀ ਮੈਂ ਪਾਈ। ਸਦਾ ਸਰੇਵੀ ਇੱਕ ਮਨ ਧਿਆਈ, ਸਦਾ ਸਰੇਵੀ ਇੱਕ ਮਨ ਧਿਆਈ। ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਸੱਚ ਸਮਾਵਣਿਆ। ਵਾਰੀ ਜੀਓ ਵਾਰੀ, ਵਾਰੀ ਜੀਓ ਵਾਰੀ। ਜਗ ਜੀਵਨ ਮਨ ਵਸਾਵਣਿਆ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਹਰ ਜਗ ਜੀਵਨ ਨਿਰਭਉ ਦਾਤਾ। ਗੁਰਮਤਿ ਸਹਿਜ ਸਮਾਵਣਿਆ, ਗੁਰਮਤਿ ਸਹਿਜ ਸਮਾਵਣਿਆ। ਰਹਾਉ ਰਹਾਉ ਕਰਨੈ ਧਰਤੀ ਧੌਲ ਪਤਾਲਾ, ਕਰਨੈ ਧਰਤੀ ਧੌਲ ਪਤਾਲਾ। ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹੇ ਸੁਖਦਾਤਾ, ਸਦਾ ਆਨੰਦ ਰਹੇ ਸੁਖਦਾਤਾ। ਗੁਰਮਤਿ ਸਹਿਜ ਸਮਾਵਣਿਆ, ਗੁਰਮਤਿ ਸਹਿਜ ਸਮਾਵਣਿਆ। ਕਾਇਆ ਅੰਦਰ ਹੋਮੈ ਮੇਰਾ, ਕਾਇਆ ਅੰਦਰ ਹੋਮੈ ਮੇਰਾ। ਜੰਮਣ ਮਰਨ ਚੁਕੈ ਫੇਰਾ, ਜੰਮਣ ਮਰਨ ਚੁਕੈ ਫੇਰਾ। ਗੁਰਮੁਖ ਹੋਵੇ ਸੋ ਹੋਮੈ ਮਾਰੇ, ਗੁਰਮੁਖ ਹੋਵੇ ਸੋ ਹੋਮੈ ਮਾਰੇ। ਸੱਚੋ ਸੱਚ ਧਿਆਵਣਿਆ, ਸੱਚੋ ਸੱਚ ਧਿਆਵਣਿਆ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ। ਤੁਹੀ ਮਿਲ ਕੇ ਸ੍ਰਿਸ਼ਟੋ ਪਾਈ, ਤੁਹੀ ਮਿਲ ਕੇ ਸ੍ਰਿਸ਼ਟੋ ਪਾਈ। ਦੋਵੇਂ ਮਾਰ ਜਾਏ ਇਕੱਤ ਕਰ ਆਵੇ, ਦੋਵੇਂ ਮਾਰ ਜਾਏ ਇਕੱਤ ਕਰ ਆਵੇ। ਗੁਰਮਤਿ ਸਹਿਜ ਸਮਾਵਣਿਆ, ਗੁਰਮਤਿ ਸਹਿਜ ਸਮਾਵਣਿਆ। ਘਰ ਹੀ ਮਾਹੇ ਦੂਜੈ ਭਾਏ ਹਨੇਰਾ, ਘਰ ਹੀ ਮਾਹੇ ਦੂਜੈ ਭਾਏ ਹਨੇਰਾ। ਚਾਨਣ ਹੋਵੇ ਛੋਟੈ ਹੋਮੈ ਮੇਰਾ, ਚਾਨਣ ਹੋਵੇ ਛੋਟੈ ਹੋਮੈ ਮੇਰਾ। ਪ੍ਰਗਟ ਸ਼ਬਦ ਹੈ ਸੁਖਦਾਤਾ, ਪ੍ਰਗਟ ਸ਼ਬਦ ਹੈ ਸੁਖਦਾਤਾ। ਹਰ ਦਿਨ ਨਾਮ ਧਿਆਵਣਿਆ, ਹਰ ਦਿਨ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਸਾਰਾ, ਅੰਤਰ ਜੋਤ ਪ੍ਰਗਟ ਪਸਾਰਾ। ਗੁਰ ਸਾਖੀ ਮਿਟਿਆ ਅੰਧਿਆਰਾ, ਗੁਰ ਸਾਖੀ ਮਿਟਿਆ ਅੰਧਿਆਰਾ। ਕਮਲ ਵਿਕਾਸ ਸਦਾ ਸੁਖ ਪਾਇਆ, ਕਮਲ ਵਿਕਾਸ ਸਦਾ ਸੁਖ ਪਾਇਆ। ਜੋਤੀ ਜੋਤ ਮਿਲਾਵਣਿਆ, ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਅੰਦਰ ਮਹਿਲ ਰਤਨੀ ਭਰੇ ਭੰਡਾਰਾ। ਗੁਰਮੁਖ ਪਾਏ ਨਾਮ ਪਾਰਾ, ਗੁਰਮੁਖ ਪਾਏ ਨਾਮ ਪਾਰਾ। ਗੁਰਮੁਖ ਵਣਜੇ ਸਦਾ ਵਪਾਰੀ, ਗੁਰਮੁਖ ਵਣਜੇ ਸਦਾ ਵਪਾਰੀ। ਲਾਹਾ ਨਾਮ ਸਦ ਪਾਵਣਿਆ, ਲਾਹਾ ਨਾਮ ਸਦ ਪਾਵਣਿਆ। ਆਪੇ ਵਸ ਰੱਖੇ ਆਪੇ ਦੇ, ਆਪੇ ਵਸ ਰੱਖੇ ਆਪੇ ਦੇ। ਗੁਰਮੁਖ ਵਣਜੈ ਕੇਈਕੇ, ਗੁਰਮੁਖ ਵਣਜੈ ਕੇਈਕੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਨਾਨਕ ਜਿਸ ਨਦਰ ਕਰੇ ਸੋ ਪਾਏ। ਕਰ ਕਿਰਪਾ ਮਨ ਵਸਾਵਣਿਆ, ਕਰ ਕਿਰਪਾ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਇਹਦਾ ਉਚਾਰਨ ਹੈ ਥਾਈ ਬਿੰਦੀ ਲਾ ਕੇ। ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਇੱਥੇ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਮੇਰਾ ਪ੍ਰਭੂ ਕੌਣ ਹੈ। ਕੋਈ ਬੰਦੇ ਦੀ ਗੱਲ ਨਹੀਂ, ਕੱਲ੍ਹ ਨੂੰ ਫਿਰ ਕਿਤੇ ਭੁਲੇਖਾ ਖਾ ਜਾਈਏ ਵੀ ਸ਼ਾਇਦ ਮਹਾਰਾਜ ਗੁਰੂ ਦੀ ਗੱਲ ਕਰ ਰਹੇ ਨੇ, ਸਤਿਗੁਰੂ ਦੀ ਗੱਲ ਕਰ ਰਹੇ ਨੇ, ਕਿਸੇ ਬੰਦੇ ਦੀ ਗੱਲ ਕਰ ਰਹੇ ਨੇ। ਮਾਰੇ ਤੇ ਨਹੀਂ ਭਾਈ, ਮੇਰਾ ਪ੍ਰਭੂ ਕੌਣ ਹੈ, ਮੇਰਾ ਮਾਲਕ ਕੌਣ ਹੈ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਕਹਿੰਦੇ ਭਰਿਆ ਪੂਰਾ ਹਰ ਜਗ੍ਹਾ, ਸਰਵ ਵਿਆਪਕ ਹੈ।
ਗੁਰਪ੍ਰਸਾਦੀ ਹੀ ਘਰ ਹੀ ਮੈਂ ਪਾਈ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਹੋਈ ਤੇ ਘਰ ਹੀ ਪ੍ਰਾਪਤ ਹੋਇਆ। ਹਿਰਦੇ ਚ ਸਦਾ ਸਰੇ ਵੀ ਇੱਕ ਮਨ ਧਿਆਈ। ਇਸ ਕਰਕੇ ਭਾਈ ਸਦਾ ਉਹਨੂੰ ਸਿਮਰੀ, ਇੱਕ ਮਨ ਹੋ ਕੇ ਧਿਆਉਣਾ ਕਰੀ। ਗੁਰਮੁਖ ਸੱਚ ਸੁਭਾਵਣਿਆ, ਇਸ ਤਰ੍ਹਾਂ ਗੁਰੂ ਵਾਲਾ ਸੱਚ ਦੁਆਰਾ ਉਹਦੇ ਵਿੱਚ ਜਾ ਸਮਾਏਗਾ। ਗੁਰੂ ਵਾਲਾ ਜਦੋਂ ਬਣ ਜਾਏਗਾ ਤੇ ਸੱਚ ਦਾ ਸਚਿਆਰ ਬਣ ਕੇ ਉਹ ਸੱਚ ਵਿੱਚ ਜਾ ਸਮਾਏਗਾ। ਹਉ ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਣਿਆ। ਤੀਜੇ ਪਾਤਸ਼ਾਹ ਬਾਰੇ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ, ਵਾਰੀ ਜਾਣਾ, ਜਿਨ੍ਹਾਂ ਨੇ ਜਗ ਨੂੰ ਜੀਵਨ ਦੇਣ ਵਾਲਾ ਉਹ ਵਾਹਿਗੁਰੂ ਅਕਾਲ ਪੁਰਖ ਮਨ ਚ ਵਸਾ ਲਿਆ। ਹਰ ਜਗ ਜੀਵਨ ਨਿਰਭਉ ਦਾਤਾ, ਉਹ ਹਰੀ ਜਗ ਨੂੰ ਜੀਵਨ ਦੇਣ ਵਾਲਾ ਹੈ, ਨਿਰਭਉ ਹੈ, ਉਹ ਦਾਤਾ ਹੈ। ਗੁਰਮਤ ਸਹਿ ਸਮਾਵਣਿਆ, ਗੁਰੂ ਦੀ ਮਤ ਦੁਆਰਾ ਸਹਿਜੇ ਹੀ ਉਹਦੇ ਵਿੱਚ ਸਮਾਇਆ ਜਾ ਸਕਦਾ। ਇਸ ਤਰ੍ਹਾਂ ਸਮਾਇਆ ਜਾ ਸਕਦਾ ਭਾਈ, ਆਪਣੀ ਮਤ ਤਿਆਗ ਤੇ ਗੁਰਮੁਖ ਬਣ, ਗੁਰਮੁਖ ਬਣ ਕੇ ਉਹਦੇ ਵਿੱਚ ਸਮਾਇਆ ਜਾ ਸਕਦਾ। ਰਹਾਉ ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਇਸ ਘਰ, ਘਰ ਕਿਹੜਾ? ਸਾਡਾ ਹਿਰਦੇ ਰੂਪੀ ਘਰ ਅੰਦਰ, ਇਹਦੇ ਵਿੱਚ ਹੀ ਉਹ ਧਰਤੀ ਧੌਲ ਪਤਾਲਾ, ਜਿਹਦੇ ਨਾਲ ਧਰਤੀ ਦੀ ਧੌਲ ਖੜਾ। ਕਹਿਣ ਤੋਂ ਭਾਵ ਉਹਦੇ ਲਈ ਸਾਰੀਆਂ ਸ਼ਕਤੀਆਂ ਨੇ ਉਸ ਪਰਮਾਤਮਾ ਦੀਆਂ, ਉਹ ਸਾਡੇ ਇਸ ਹਿਰਦੇ ਰੂਪੀ ਘਰ 'ਚ ਹੀ ਨੇ ਭਾਈ। ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਅਤੇ ਪਾਤਸ਼ਾਹ ਉਹ ਵਾਹਿਗੁਰੂ ਅਕਾਲ ਪੁਰਖ ਘਰ ਵਿੱਚ ਹੀ ਹੈ, ਉੱਥੇ ਸਦਾ ਹੀ ਜਵਾਨ। ਸਾਹਿਬ ਮੇਰਾ ਨਿਤ ਨਵਾਂ, ਸਦਾ ਸਦਾ ਦਾਤਾ, ਉੱਥੇ ਦਾਤਾ ਦੇਣ ਵਾਲਾ ਹੈ, ਉੱਥੇ ਸਦਾ ਜਵਾਨ ਹੈ, ਉਸ ਮਾਲਕ ਨਾਲ ਜੁੜਿਆ ਰਹੋ। ਇਸੇ ਕਰਕੇ ਗੁਰਮੁਖ ਬੁੱਢੇ ਕਦੇ ਨਾਹੀਂ, ਗੁਰਮੁਖ ਕਦੇ ਬੁੱਢਾ ਨਹੀਂ ਹੁੰਦਾ। ਕਿਉਂ? ਕਿਉਂਕਿ ਅੰਦਰੋਂ ਉਹਦਾ ਮਨ ਜਿਹੜਾ ਹੈ ਉਹ ਕਦੇ ਨਿਰਾਸ਼ਾ ਵਿੱਚ ਨਹੀਂ ਹੁੰਦਾ, ਉਹ ਸਦਾ ਹੀ ਆਸ਼ਾਵਾਦੀ ਰਹਿੰਦਾ। ਜਿੰਨਾ ਮਰਜ਼ੀ ਦੁੱਖ ਹੋਵੇ, ਜਿੰਨੀ ਮਰਜ਼ੀ ਤਕਲੀਫ ਹੋਵੇ, ਜਿੱਥੇ ਵੀ ਮਰਜ਼ੀ ਹੋਵੇ, ਉਹ ਉਸ ਆਨੰਦ ਵਿੱਚ ਰਹਿੰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਸਦਾ ਆਨੰਦ ਰਹਿ ਸੁਖਦਾਤਾ, ਗੁਰਮਤਿ ਸਹਿ ਸਮਾਵਣਿਆ। ਸਦਾ ਆਨੰਦ ਵਿੱਚ ਹੈ, ਉਹ ਸੁੱਖਾਂ ਦਾ ਦਾਤਾ ਨਾਲ ਹੈ, ਅਤੇ ਗੁਰੂ ਦੀ ਮਤ ਦੁਆਰਾ ਉਹਦੇ ਸਹਿਜ ਵਿੱਚ ਸਮਾਇਆ ਜਾ ਸਕਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਤਰੀਕਾ ਇਹ ਹੈ, ਕਾਇਆ ਅੰਦਰ ਹਉਮੈ ਮੇਰਾ, ਜਿੱਥੇ ਪਰਮਾਤਮਾ ਵੱਸਦਾ ਉਹ ਅਕਾਲ ਪੁਰਖ ਆਪ ਵੱਸਦਾ ਇਸ ਕਾਇਆ ਵਿੱਚ। ਮਹਾਰਾਜ ਕਹਿੰਦੇ ਹਉਮੈ ਮੇਰਾ ਵੀ ਨਾਲ ਹੀ ਭਾਈ, ਹਉਮੈ ਵੀ ਨਾਲ ਹੈ, ਮੈਂ ਮੇਰੀ ਵੀ ਨਾਲ ਹੈ। ਜੰਮਣ ਮਰਨ ਨਾ ਚੂਕੈ ਫੇਰਾ, ਜਿਹਦੇ ਕਰਕੇ ਸਾਡਾ ਜੰਮਣ ਮਰਨ ਦਾ ਗੇੜ ਬਣਦਾ ਹੈ, ਅਤੇ ਫਿਰ ਫੇਰਾ ਮੁੱਕਦਾ ਨਹੀਂ ਸਾਡਾ। ਇਹ ਹਉਮੈ ਕਰਕੇ ਸਾਡਾ ਜਨਮ ਹੁੰਦਾ ਹੈ, ਹਉਮੈ ਕਰਕੇ ਮਰਨਾ ਹੁੰਦਾ ਹੈ। ਗੁਰਮੁਖ ਹੋਵੇ ਸੋ ਹਉਮੈ ਮਾਰੇ, ਜਿਹੜਾ ਗੁਰਮੁਖ ਹੋਏਗਾ ਉਹ ਹੀ ਆਪਣੀ ਹਉਮੈ ਨੂੰ ਮਾਰੇਗਾ ਭਾਈ। ਸੱਚੋ ਸੱਚ ਧਿਆਵਣਿਆ, ਕਿਉਂਕਿ ਉਹਨੇ ਸੱਚੋ ਸੱਚ ਧਿਆਇਆ। ਸੱਚੋ ਸੱਚ ਤੋਂ ਭਾਵ ਉਹ ਸਚਿਆਰ ਬਣ ਕੇ ਸੱਚ ਨੂੰ ਧਿਆਇਆ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਤੇ ਦੂਜੀ ਗੱਲ ਮੈਂ ਕਹਿੰਦੇ ਦੇਖੋ ਸਰੀਰ ਦੇ ਵਿੱਚ ਹੀ ਸਾਡਾ ਹਉਮੈ ਵੀ ਨਾਲ ਹੈ, ਤੇ ਦੂਜੀ ਗੱਲ ਕਰਦੇ ਨੇ ਕਿ ਕਾਇਆ ਅੰਦਰ ਪਾਪ ਪੁੰਨ ਵੀ ਸਾਡੇ ਨੇ। ਅਸੀਂ ਆਪਣੇ ਆਪ ਬਣਾ ਲਿਆ, ਆਹ ਕੰਮ ਪਾਪ ਹੁੰਦਾ, ਆਹ ਕੰਮ ਪੁੰਨ ਹੁੰਦਾ, ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ। ਜਿਨ੍ਹਾਂ ਨੂੰ ਅਸੀਂ ਸ਼ਹੀਦ ਕਹਿੰਦੇ ਹਾਂ ਸਾਡੇ, ਉਸ ਵੇਲੇ ਦੀਆਂ ਗੌਰਮੈਂਟਾਂ ਦੇ ਉਹ ਵਾਦੀ ਸਨ ਭਾਈ। ਉਹ ਕਦੋਂ ਕਹਿਣਗੇ ਸ਼ਹੀਦ? ਉਹਨਾਂ ਭਗਤ ਸਿੰਘ ਨੂੰ ਕੌਣ ਸ਼ਹੀਦ ਕਹੇਗਾ? ਭਾਈ ਤਾਰੂ ਸਿੰਘ ਨੂੰ ਕੌਣ ਸ਼ਹੀਦ ਕਹਿਣਗੇ? ਸਾਹਿਬਜ਼ਾਦਿਆਂ ਨੂੰ ਉਹ ਕਿਉਂ ਸ਼ਹੀਦ ਕਹਿਣਗੇ ਉਸ ਵੇਲੇ ਸਰਕਾਰਾਂ? ਕਿਉਂਕਿ ਇਹ ਆਪੇ ਬਣਾ ਲਿਆ ਅਸੀਂ, ਕਿਸੇ ਲਈ ਕੋਈ ਅਵਸਥਾ ਹੈ, ਕਿਸੇ ਲਈ ਕੋਈ ਅਵਸਥਾ ਹੈ, ਇਹ ਆਪਣੇ ਅੰਦਰ ਮਨ ਨੇ ਘੜ ਲਈਆਂ ਵੀ ਆਹ ਕੰਮ ਪਾਪ ਹੈ, ਆਹ ਕੰਮ ਪੁੰਨ ਹੈ। ਕਿਉਂਕਿ ਇੱਕ ਕਹਾਵਤ ਹੈ ਪੰਜਾਬੀ ਦੀ, ਕਿਸੇ ਨੂੰ ਮਾਂ ਵਾਦੀ ਤੇ ਕਿਸੇ ਨੂੰ ਸਵਾਦੀ। ਕਹਿੰਦੇ ਅਸੀਂ ਘੜ ਲਈ ਹਾਂ ਆਪੇ, ਉਹ ਘੜ ਤਾਂ ਘੜਨੀ ਆ, ਕਹਿੰਦੇ ਸਾਡੇ ਅੰਦਰ ਹੀ ਨੇ ਦੋਵੇਂ ਚੀਜ਼ਾਂ, ਵੀ ਆਹ ਚੰਗੀ ਹੈ, ਆਹ ਮਾੜੀ ਹੈ, ਇਹਨੂੰ ਪਾਪ ਪੁੰਨ ਕਹਿੰਦੇ ਨੇ। ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟੋ ਪਾਈ। ਕਹਿੰਦੇ ਦੋਨਾਂ ਨੇ ਮਿਲ ਕੇ ਇਹ ਸ੍ਰਿਸ਼ਟੀ ਪੈਦਾ ਹੋਈ, ਵੀ ਆਹ ਕੰਮ ਚੰਗਾ, ਆਹ ਕੰਮ ਮਾੜਾ। ਕੋਈ ਬੰਦਾ ਕਿਸੇ ਲਈ ਚੰਗਾ ਹੋ ਸਕਦਾ, ਕਿਸੇ ਲਈ ਮਾੜਾ ਹੋ ਸਕਦਾ। ਜਿਨ੍ਹਾਂ ਨੂੰ ਅਸੀਂ ਭੈੜੇ ਮਨੁੱਖ ਕਹਿੰਦੇ ਹਾਂ, ਐਸੀ ਗੱਲ ਨਹੀਂ, ਹੋ ਸਕਦਾ ਕਿਸੇ ਲਈ ਉਹ ਚੰਗੇ ਹੋਣ। ਜਿਨ੍ਹਾਂ ਨੂੰ ਅਸੀਂ ਚੰਗੇ ਮਨੁੱਖ ਕਹਿੰਦੇ ਹਾਂ, ਹੋ ਸਕਦਾ ਕਿਸੇ ਲਈ ਮਾੜੇ ਹੋਣ। ਇਸ ਕਰਕੇ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸ੍ਰਿਸ਼ਟੀ ਇਸ ਨੇ ਬਣੀ ਹੋਈ ਹੈ, ਇਹ ਚੱਲ ਰਹੀ ਹੈ। ਦੋਵੇਂ ਮਾਰ ਜਾਏ ਇੱਕ ਤਕਰ ਆਵੇ, ਜਿਹਨੇ ਦੋਨਾਂ ਨੂੰ ਖਤਮ ਕਰ ਦਿੱਤਾ ਅੰਦਰੋਂ ਦੁਆਇਤ ਭਾਵ, ਸਿਰਫ ਇੱਕ ਤਕਰ, ਇੱਕ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨਾਲ ਜੁੜ ਗਏ, ਜਿਹਨਾਂ ਨੇ ਇੱਕ ਕਰਕੇ ਜਾਣੇ ਹੈ,
ਉਹਦੇ ਲਈ ਚੰਗਾ ਮਾੜਾ ਕੋਈ ਨਹੀਂ। ਇਤਿਹਾਸਕ ਘਟਨਾ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਈ ਵਾਰੀ ਕਿ ਭਾਈ ਵੀਰ ਚੰਦ ਛੀਨਾ ਜਦੋਂ ਛੇਵੇਂ ਪਾਤਸ਼ਾਹ ਕੋਲ ਆਏ ਉਹਨਾਂ ਨੇ ਆ ਕੇ ਮੱਥਾ ਟੇਕਿਆ ਅਤੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤੁਹਾਡਾ ਸਿੱਖ ਬਣਨਾ ਚਾਹੁੰਦਾ। ਪ੍ਰਭਾਵਿਤ ਹੋਇਆ, ਦਲੇਰ ਸੀ ਤਾਂ ਨਾਲ ਦੇ ਸਿੰਘਾਂ ਨੇ ਜਾ ਕੇ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਤੁਹਾਨੂੰ ਪਤਾ ਇਹ ਕੌਣ ਹੈ, ਇਹ ਬਿਧੀ ਚੰਦ ਛੀਨਾ ਹੈ ਜਿਹੜਾ ਕਿ ਦਿਨ ਦਿਹਾੜੇ ਲੋਕਾਂ ਨੂੰ ਲੁੱਟ ਲੈਂਦਾ ਹੈ, ਧਾੜਵੀ ਹੈ। ਅਤੇ ਮਹਾਰਾਜ ਹੱਸ ਪਏ, ਬਖਸ਼ਿਸ਼ ਕੀਤੀ ਕਿਉਂਕਿ ਗੁਰੂ ਗੁਣਾ ਗੁਣ ਨਹੀਂ ਚਿਤਾੜਦਾ। ਅਤੇ ਆਪਾਂ ਇਤਿਹਾਸ ਪੜ੍ਹਦੇ ਹਾਂ ਵੇਖਦੇ ਹਾਂ ਕਿ ਭਾਈ ਬਿਧੀ ਚੰਦ ਨੇ ਉਹ ਕੰਮ ਕੀਤੇ ਜਿਹੜਾ ਕਿ ਆਮ ਮਨੁੱਖ ਨਹੀਂ ਕਰ ਸਕਦਾ ਸੀ, ਆਮ ਮਨੁੱਖ ਨਹੀਂ ਕਰ ਸਕਦੇ। ਉਸ ਤੋਂ ਘੋੜੇ ਲੈ ਕੇ ਆਉਣੇ, ਦੁਸ਼ਾਲੇ ਲੈ ਕੇ ਆਉਣੇ, ਮੈਦਾਨੇ ਜੰਗ ਵਿੱਚ ਮਹਾਰਾਜ ਦੇ ਨਾਲ ਰਿਹਾ, ਅਤੇ ਜਿਹਨੂੰ ਲੋਕ ਧਾੜਵੀ ਕਹਿੰਦੇ ਸਨ ਅਤੇ ਉਸ ਨੂੰ ਮਹਾਰਾਜ ਨੇ ਵਰ ਦਿੱਤਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਕੀਤੀਆਂ ਕਿਉਂਕਿ ਅਸੀਂ ਆਪਣੇ ਆਪ ਹੀ ਆਪ ਮੰਨ ਲੈਂਦੇ ਹਾਂ ਕਿ ਆਹ ਚੰਗਾ ਹੈ, ਆਹ ਮਾੜਾ ਹੈ। ਕੋਈ ਬੰਦਾ ਗੁਰਮੁਖ ਜਦੋਂ ਪਾਸੇ ਵੱਲ ਪੈਰ ਧਰਦਾ ਇੱਧਰ ਨੂੰ, ਪਹਿਲਾਂ ਉਹ ਸ਼ਰਾਬ ਪੀਂਦਾ ਹੈ, ਪਹਿਲਾਂ ਉਹ ਕੁਛ ਕਰਦਾ, ਜੋ ਵੀ ਮਰਜ਼ੀ ਕਰਦਾ ਹੋਵੇ, ਭਾਵੇਂ ਉਹ ਕਿਸ ਅਵਸਥਾ 'ਤੇ ਪਹੁੰਚ ਜਾਏ, ਅਸੀਂ ਉਹਦਾ ਇੱਕੋ ਪੁਆਇੰਟ ਫੜੀ ਰੱਖਦੇ, ਲੈ ਜੀ ਪਹਿਲਾਂ ਤਾਂ ਦਾਰੂ ਪੀਂਦਾ ਹੁੰਦਾ ਸੀ, ਇਹ ਪੀਂਦਾ ਹੋਵੇ, ਪਹਿਲਾਂ ਕੀ ਛੱਡ ਦਿਓ, ਅੱਜ ਕੀ ਹੈ ਉਹ ਦੇਖੋ। ਚਾਦਰ ਸਾਰੀ ਧੋ ਦਿੱਤੀ, ਸਾਰੀ ਚਾਦਰ ਚਿੱਟੀ, ਉਹਦੇ ਉੱਤੇ ਇੱਕ ਸਿਲਾਈ ਦਾ ਦਾਗ ਥੋੜ੍ਹਾ ਜਿਹਾ ਲਾ ਦਈਏ ਨਾ, ਅਤੇ ਸਾਰਿਆਂ ਦਾ ਧਿਆਨ ਉਹ ਦਾਗ 'ਤੇ ਰਹੇਗਾ, ਚਿੱਟੀ ਚਾਦਰ 'ਤੇ ਨਹੀਂ ਰਹਿੰਦਾ। ਬਸ ਇਹੀ ਅਵਸਥਾ ਸਾਡੀ, ਇਸ ਕਰਕੇ ਉਹ ਤਾਂ ਇੱਕ ਤਕਰ ਆ ਗਏ ਜਿਹੜੇ ਗੁਰਮੁਖ ਨੇ, ਗੁਰਮਤ ਸਹਿਜ ਸਮਾਵਣਿਆ, ਇਸ ਕਰਕੇ ਗੁਰੂ ਦੀ ਮਤ ਲੈ ਕੇ ਉਹ ਸਹਿਜ ਵਿੱਚ ਸਮਾ ਗਏ। ਉਹਨਾਂ ਲਈ ਬੁਰਾ ਮਾੜਾ ਕੋਈ ਨਹੀਂ, ਉਹਨਾਂ ਲਈ ਚੰਗਾ ਮਾੜਾ ਕੋਈ ਨਹੀਂ, ਉਹ ਤਾਂ ਉਸ ਅਵਸਥਾ ਨੂੰ ਜਾਣਦੇ ਨੇ ਕਿਉਂਕਿ ਸਭ ਸਾਰਿਆਂ ਵਿੱਚ ਉਸ ਮਾਲਕ ਨੂੰ ਵੇਖਦੇ ਨੇ। ਉਹ ਸਾਂਝ ਗੁਣਾਂ ਨਾਲ ਪਾਉਂਦੇ ਨੇ, ਔਗੁਣਾਂ ਨਾਲ ਨਹੀਂ। ਅਤੇ ਸਤਿਗੁਰੂ ਐਸਾ ਦਿਆਲੂ ਹੈ, ਐਸਾ ਕਿਰਪਾਲੂ ਹੈ ਕਿ ਸਾਡੇ ਔਗੁਣਾਂ ਨੂੰ ਵੀ ਗੁਣਾਂ ਵਿੱਚ ਬਦਲ ਦਿੰਦਾ ਹੈ। ਘਰ ਹੀ ਮੈਂ ਦੂਜਾ ਭਾਏ ਹਨੇਰਾ, ਅਤੇ ਤੀਜੀ ਅਵਸਥਾ ਦੀ ਮੈਂ ਗੱਲ ਕੀਤੀ ਅੱਗੇ ਜਾ ਕੇ ਵੀ ਹੋਰ, ਕਿ ਘਰ ਹੈ ਅੰਦਰ, ਅੰਦਰ ਦੁਵੈਤ ਭਾਵ ਹੈ, ਉਹ ਦੁਵੈਤ ਭਾਵ ਕਰਕੇ ਹਨੇਰਾ ਹੈ। ਜਿਸ ਘਰ ਵਿੱਚ ਲਾਈਟ ਹੀ ਨਾ ਹੋਵੇ, ਅੰਦਰ ਹਨੇਰਾ ਬਹੁਤ ਜ਼ਿਆਦਾ। ਚਾਨਣ ਹੋਵੇ ਛੋਟਾ ਹਉਮੈ ਮੇਰਾ, ਕਹਿੰਦੇ ਚਾਨਣ ਹੋ ਸਕਦਾ ਜੇ ਹਉਮੈ ਅਤੇ ਮੈਂ ਮੇਰੀ ਨੂੰ ਛੱਡ ਦੇ, ਉਸ ਹਿਰਦੇ ਰੂਪੀ ਹਨੇਰਾ ਦੂਰ ਹੋ ਸਕਦਾ। ਮਹਾਰਾਜ ਕਹਿੰਦੇ ਪ੍ਰਗਟ ਸ਼ਬਦ ਹੈ ਸਤਿਗੁਰ ਦਾਤਾ ਸੁਖਦਾਤਾ, ਕਹਿੰਦੇ ਪ੍ਰਗਟ ਸ਼ਬਦ ਹੈ ਸੁਖਦਾਤਾ, ਪ੍ਰਤੱਖ ਹੈ ਗੁਰੂ ਦਾ ਸ਼ਬਦ, ਪੜ੍ਹ ਇਹਨੂੰ, ਵਿਚਾਰ ਇਹਨੂੰ, ਇਹ ਸੁੱਖਾਂ ਦਾ ਦਾਤਾ ਹੈ। ਅਣ ਦਿਨ ਨਾਮ ਧਿਆਵਣਿਆ, ਇਸ ਤਰ੍ਹਾਂ ਅਣ ਦਿਨ ਮੀਨ ਹਰ ਰੋਜ਼, ਜਿਸ ਤਰ੍ਹਾਂ ਆਪਾਂ ਇੱਥੇ ਬੈਠ ਕੇ ਕਰਦੇ ਹਾਂ, ਵਿਚਾਰ ਕਰਦੇ ਹਾਂ, ਕਹਿੰਦੇ ਹਰ ਰੋਜ਼ ਕਰ, ਤੇਰਾ ਅੰਦਰਲਾ ਹਨੇਰਾ ਦੂਰ ਹੋ ਜਾਏਗਾ, ਉਹ ਜੋਤ ਜਗ ਜਾਏਗੀ ਤੇਰੀ। ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾਖੀ ਮਿਟਿਆ ਅੰਧਾਰਾ, ਕਹਿੰਦੇ ਜਦੋਂ ਅੰਦਰ ਜੋਤ ਬਲੀ ਗਿਆਨ ਦੀ, ਕਹਿੰਦੇ ਇਹ ਪਸਾਰਾ ਪ੍ਰਤੱਖ ਨਜ਼ਰ ਆਇਆ, ਗੁਰਸਾਖੀ ਗੁਰੂ ਸਿੱਖਿਆ ਨਾਲ ਇਹ ਹਨੇਰਾ ਮਿਟ ਗਿਆ। ਕਮਲ ਵਿਕਾਸ ਸਦਾ ਸੁਖ ਪਾਇਆ, ਉਦੋਂ ਮਨ ਦਾ ਕੌਲ ਵਿਕਸ ਗਿਆ, ਖੁਸ਼ ਹੋਇਆ, ਕਹਿੰਦੇ ਆਨੰਦ ਵਿੱਚ ਹੈ, ਜੋਤੀ ਜੋਤ ਮਿਲਾ ਬਣਿਆ, ਉਦੋਂ ਇਹ ਜੋਤ ਉਸ ਮਾਲਕ ਨਾਲ ਜਾ ਮਿਲੀ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਜਦੋਂ ਗਿਆਨਵਾਨ ਹੋ ਕੇ ਗੁਰੂ ਦਾ ਸ਼ਬਦ ਨਾਲ ਜੁੜ ਕੇ, ਗੁਰੂ ਦਾ ਅਨੁਸਾਰੀ ਹੋ ਕੇ ਸਮਝ ਆਈ, ਅੱਖਾਂ ਖੁੱਲੀਆਂ, ਕਹਿੰਦੇ ਉਦੋਂ ਸਮਝ ਆਈ ਕਿ ਅੰਦਰ ਤੇ ਭੰਡਾਰ ਭਰੇ ਪਏ, ਜਿਹੜੇ ਸੁੱਖਾਂ ਨੂੰ ਮੈਂ ਬਾਹਰ ਨੂੰ ਦੌੜਦਾ ਪਿਆ ਸਾਂ, ਉਹ ਤੇ ਮੇਰੇ ਅੰਦਰ ਪਏ ਸੀ। ਕਦੇ ਵੀ ਇਹ ਗੱਲ ਦਾ ਮੈਂ ਪਹਿਲਾਂ ਵੀ ਬੇਨਤੀ ਕਰਦਾ, ਅੱਜ ਵੀ ਕਹਿਣ ਲੱਗਾ ਕਿ ਸਾਡੇ ਦੁੱਖਾਂ ਦਾ ਕਾਰਨ ਸਾਡੇ ਅੰਦਰ ਹੁੰਦਾ, ਬਾਹਰ ਨਹੀਂ ਹੁੰਦਾ। ਅਸੀਂ ਦੋਸ਼ ਦੂਜਿਆਂ 'ਤੇ ਦੇਈ ਜਾਂਦੇ, ਜੇ ਸਾਡੇ ਕੋਈ ਦੁੱਖ ਨੇ ਨਾ, ਉਹਨਾਂ ਦੇ ਕਾਰਨ ਵੀ ਸਾਡੇ ਅੰਦਰ ਨੇ, ਪਰ ਅੰਦਰ ਅਸੀਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਅੰਦਰ ਹਨੇਰਾ। ਗੁਰੂ ਦੇ ਸ਼ਬਦ ਨਾਲ ਜੁੜ ਮਾਰੇ, ਕਹਿੰਦੇ ਤੈਨੂੰ ਆਪਣੇ ਆਪ ਸਮਝ ਆ ਜਾਏਗੀ ਵੀ ਇੰਨਾ ਇੰਨਾ ਕਾਰਨਾਂ ਕਰਕੇ ਮੈਂ ਦੁਖੀ ਸਾਂ, ਛੱਡ ਦੇ ਭਾਈ। ਉਦੋਂ ਪਾਤਸ਼ਾਹ ਕਹਿੰਦੇ ਅੰਦਰ ਜਿਹੜੇ ਰਤਨ ਨੇ ਨਾਮ ਦੇ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਤੇ ਗੁਰਮੁਖ ਜਿਹੜਾ ਹੈ ਗੁਰੂ ਦਾ ਅਨੁਸਾਰੀ ਹੋ ਕੇ ਚੱਲਦਾ ਭਾਈ, ਉਹ ਨਾਮ ਅਪਾਰ ਜਿਹਦਾ ਕੋਈ ਪਾਰਾਵਾਰ ਨਹੀਂ ਉਹਨੂੰ ਪ੍ਰਾਪਤ ਕਰਦਾ। ਗੁਰਮੁਖ ਬਣਜੇ ਸਦਾ ਵਪਾਰੀ, ਜਿਹੜਾ ਗੁਰਮੁਖ ਹੈ ਫਿਰ ਉਹਦਾ ਵਪਾਰ ਕਰਦਾ, ਬਣਜਦਾ,
ਆਪ ਜਪੋ ਆਪਣਾ ਨਾਮ ਜਪਾ ਉਹ ਬੜੀ ਦੋਸਤਾਂ ਤੁਰ ਪਿਆ ਕਹਿੰਦੇ ਸਦਾ ਹੀ ਇਹਦਾ ਵਪਾਰ ਕਰਦਾ ਨਾਮ ਦਾ ਲਾਹਾ ਨਾਮ ਸਦ ਪਾਵਣਿਆ ਉਹ ਸਦਾ ਹੀ ਇਸ ਨਾਮ ਦਾ ਲਾਹਾ ਪ੍ਰਾਪਤ ਕਰਦਾ ਆਪੇ ਵੱਥ ਰੱਖ ਹੈ ਆਪੇ ਦੇ ਹੁਣ ਪਾ ਕਹਿੰਦੇ ਉਹ ਆਪ ਹੀ ਕਿਰਪਾ ਕਰਦਾ ਵਸਤੂ ਨਾਮ ਵੀ ਆਪ ਰੱਖਦਾ ਆਪ ਹੀ ਦੇਣ ਵਾਲਾ ਗੁਰਮੁਖ ਬਣ ਜਾ ਕੇਈ ਕੇ ਪਰ ਕੋਈ ਗੁਰਮੁਖ ਵਿਰਲੇ ਵਿਰਲੇ ਨੇ ਕੇਈ ਕੇ ਤੋਂ ਭਾਵ ਕੋਈ ਕੋਈ ਵਿਰਲਾ ਵਿਰਲਾ ਇਹਦਾ ਵਣਜ ਵਪਾਰ ਕਰਦਾ ਨਾਨਕ ਵਿਸ਼ਰਾਮ ਲਾ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਤੀਜੇ ਨਾਨਕ ਪਾਤਸ਼ਾਹ ਕਹਿੰਦੇ ਭਾਈ ਜਿਹਦੇ ਉੱਤੇ ਉਹ ਆਪ ਨਦਰ ਕਰਦਾ ਬਖਸ਼ਿਸ਼ ਕਰਦਾ ਇਹ ਨਾਮ ਰੂਪੀ ਵਸਤੂ ਉਹ ਪ੍ਰਾਪਤ ਕਰਦਾ ਕਰ ਕਿਰਪਾ ਮਨ ਵਸਾ ਬਣਿਆ ਤੇ ਜਿਹਨਾਂ ਤੇ ਉਹ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਜਿਹਨਾਂ ਉੱਤੇ ਉਹਨਾਂ ਦੇ ਮਨ ਵਿੱਚ ਵਸ ਜਾਂਦੀ ਇਹ ਵਸਤੂ ਇਹ ਨਾਮ ਇਹ ਗੁਣ ਪਰਮਾਤਮਾ ਦੇ ਉਹਨਾਂ ਦੇ ਹਿਰਦੇ ਵਿੱਚ ਵਸਾ ਦਿੰਦਾ ਇਹ ਹੈ ਉਹਦੀ ਕਿਰਪਾ ਇਹ ਹੈ ਉਹਦੀ ਬਖਸ਼ਿਸ਼ ਤੇ ਉਹ ਆਪ ਹੀ ਕਰਦਾ ਜਦੋਂ ਤੱਕ ਸਾਡੀ ਮੈਂ ਰਹੇਗੀ ਤਦ ਤੱਕ ਉਸ ਨਾਮ ਨਾਲ ਨਹੀਂ ਜੁੜਿਆ ਜਾ ਸਕਦਾ ਮਹਾਰਾਜ ਤੁਹਾਨੂੰ ਬੜੇ ਸਿੱਧੇ ਤਰੀਕੇ ਨਾਲ ਸਮਝਾ ਦਿੱਤਾ ਅੱਜ ਕਿਉਂਕਿ ਤੀਜੇ ਪਾਤਸ਼ਾਹ ਦੀ ਬਾਣੀ ਬੜੀ ਸਰਲ ਹੈ ਉਹਨਾਂ ਨੇ ਬੜੇ ਹੀ ਵਧੀਆ ਢੰਗ ਨਾਲ ਗੁਰਮੁਖ ਦੀ ਵਿਆਖਿਆ ਨਾਮ ਦੀ ਵਿਚਾਰ ਸਾਡੇ ਜੀਵਨ ਦੀ ਜਾਂਚ ਨੂੰ ਦੱਸਿਆ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਹ ਆਣੇ ਹਮ ਬਾਰਕ